ਨਮਸਕਾਰ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਮਨੂ ਮੋੜ ਤੇ ਇਸ ਵੀਡੀਓ ਵਿੱਚ ਸਾਇੰਸ ਦੇ ਟਾਪ ਇੰਪੋਰਟੈਂਟ ਐਂਡ ਐਕਸਪੈਕਟਿਡ ਕੁਐਸਚਨਸ ਇਨਕਲੂਡ ਕੀਤੇ ਗਏ ਨੇ ਦੇਖੋ ਦੋਸਤੋ ਥੋੜੀ ਥਿਊਰੀ ਜ਼ਿਆਦਾ ਇਸ ਵਿੱਚ ਇਨਕਲੂਡ ਹੋਊਗੀ ਤਾਂ ਕਰਕੇ ਬੋਰ ਨਾ ਹੋ ਕਿਉਂਕਿ ਜਿਹੜੀ ਥਿਊਰੀ ਇਸ ਵਿੱਚ ਵੀ ਕਾਫੀ ਇੰਪੋਰਟੈਂਟ ਪੁਆਇੰਟ ਨੇ ਜਿਹੜੇ ਐਗਜ਼ਾਮ ਵਿੱਚ ਡਾਇਰੈਕਟਲੀ ਪੁੱਛੇ ਜਾਂਦੇ ਨੇ ਤਾਂ ਕਰਕੇ ਥਿਊਰੀ ਨੂੰ ਧਿਆਨ ਨਾਲ ਲਿਖ ਲਓ ਪੜ੍ਹ ਲਓ ਤੇ ਦੇਖ ਲਓ ਸਿੰਪਲ ਜੀ ਗੱਲ ਹੈ ਫੇਰ ਹੀ ਤੁਹਾਡੇ ਦਿਮਾਗ ਵਿੱਚ ਸੈੱਟ ਹੋਵੇਗੀ ਗੱਲਾਂ ਤੇ ਸੈਂਡੇ ਕੁਐਸਚਨ ਰਿਗਾਰਡਿੰਗ ਕਲਾਸ ਮੈਂ ਤੁਹਾਨੂੰ ਤਾਂ ਪ੍ਰੋਵਾਈਡ ਕਰਵਾ ਰਿਹਾ ਕਿਉਂਕਿ ਮੈਂ ਕੱਲ ਦੀ ਕਲਾਸ ਦੇ ਤੁਹਾਨੂੰ ਥੋੜੀ ਲੈਤੀ ਸੀ ਉਸ ਵਿੱਚ ਪ੍ਰੀਵੀਅਸ ਫੋਰੈਸਟ ਗਾਰਡ ਦਾ ਜਿਹੜਾ ਇੱਕ ਪੇਪਰ ਸੀ ਉਹ ਸੋਲਵ ਕਰਕੇ ਦਿਖਾਇਆ ਸੀ ਕਿਹਦੇ ਅਨਸਰ ਹੋਣਗੇ ਉਸ ਪੇਪਰ ਨੂੰ ਐਨਾਲਾਈਜ਼ ਕਰਨ ਤੋਂ ਬਾਅਦ ਆਪਾਂ ਨੂੰ ਦੇਖਣ ਨੂੰ ਮਿਲਦਾ ਹੈ ਕਿ ਉਸ ਵਿੱਚ ਮੋਸਟਲੀ ਕੁਐਸਚਨਸ ਜਿਹੜੇ ਜੀਕੇ ਦੇ ਅੰਦਰ ਸਾਇੰਸ ਦੇ ਕੁਐਸਚਨ ਪੁੱਛੇ ਗਏ ਸੀ ਤਾਂ ਕਰਕੇ ਮੈਂ ਸੋਚਿਆ ਕਿ ਚਲੋ ਥੋੜੀ ਬਧੀਆ ਤਿਆਰੀ ਹੋਰ ਹੋ ਜੂਗੀ ਕਿਉਂਕਿ ਤਾਂ ਹੁਣ ਸਾਇੰਸ ਦੇ ਇਸ ਵਾਰ ਵੀ ਜ਼ਿਆਦਾ ਕੁਐਸਚਨਸ ਜਿਹੜਾ ਐਗਜ਼ਾਮੀਨਰ ਉਹ ਪੁੱਟ ਕਰਦੇ ਪੇਪਰ ਵਿੱਚ ਤਾਂ ਕਰਕੇ ਪੰਜ ਕਲਾਸਾਂ ਤੋਂ ਨੂੰ ਪ੍ਰੋਵਾਈਡ ਕਰਵਾਵਾਂਗਾ ਪੰਜ ਕਲਾਸਾਂ ਵਿੱਚ ਮੇਨ ਮੇਨ ਜਿਹੜੇ ਇੰਪੋਰਟੈਂਟ ਟੌਪਿਕ ਨੇ ਤੇ ਉਹਨਾਂ ਦੇ ਕੁਐਸਚਨ ਨੇ ਉਹ ਕਵਰ ਹੋ ਜਾਣਗੇ ਓਕੇ ਤਾਂ ਹੁਣ ਆਪਾਂ ਜ਼ਿਆਦਾ ਟਾਈਮ ਵੇਸਟ ਨਹੀਂ ਕਰਦੇ ਜਲਦੀ ਨਾਲ ਆਪਾਂ ਕੁਐਸਚਨ ਨੰਬਰ 1 ਦੇਖ ਲੈਂਦੇ ਕੀ ਕਹਿੰਦਾ ਕੁਐਸਚਨ ਨੰਬਰ 1 ਕੀ ਕਹਿੰਦਾ ਪਲਾਜ਼ਮਾ ਮਨੁੱਖੀ ਖੂਨ ਦਾ ਕਿੰਨਾ ਹਿੱਸਾ ਹੁੰਦਾ ਮਨੁੱਖੀ ਖੂਨ ਦੇ ਅੰਦਰ ਪਲਾਜ਼ਮਾ ਦੀ ਮਾਤਰਾ ਕਿੰਨੀ ਹੁੰਦੀ ਹੈ ਤਾਂ ਆਨਸਰ ਇਸ ਦਾ ਹੋਵੇਗਾ 55% ਤੇ ਇਸ ਦੀ ਥੋੜੀ ਜਿਹੀ ਥਿਊਰੀ ਨੂੰ ਡਿਸਕਸ ਕਰੀਏ ਤਾਂ ਖੂਨ ਦਾ ਪਲਾਜ਼ਮਾ ਸਬਤ ਖੂਨ ਦੇ ਤਰਲ ਹਿੱਸੇ ਹੁੰਦੇ ਨੇ ਠੀਕ ਹੈ ਸਭ ਨੂੰ ਪਤਾ ਖੂਨ ਤਰਲ ਹੁੰਦਾ ਹੈ ਤੇ ਇਹ ਖੂਨ ਵਿੱਚ ਕੁੱਲ ਆਇਤਨ ਲਗਭਗ 55% ਹੁੰਦਾ ਓਕੇ ਇਹ ਮੈਂ ਤੁਹਾਨੂੰ ਆਲਰੇਡੀ ਕੁਐਸਚਨ ਦਾ ਆਨਸਰ ਦੱਸ ਦਿੱਤਾ ਕਿ 55% ਪਲਾਜ਼ਮਾ ਇਨਕਲੂਡ ਹੁੰਦਾ ਹੈ ਬਲੱਡ ਵਿੱਚ ਤੇ ਇਹ ਮੁੱਖ ਤੌਰ ਤੇ ਪਾਣੀ ਦਾ ਬਣਿਆ ਹੁੰਦਾ ਐਗਜ਼ਾਮ ਵਿੱਚ ਪੁੱਟ ਹੋ ਸਕਦਾ ਹੈ ਕਿ ਪਲਾਜ਼ਮਾ ਹੁੰਦਾ ਉਹ ਮੁੱਖ ਤੌਰ ਤੇ ਕਿਸ ਚੀਜ਼ ਦਾ ਬਣਿਆ ਹੁੰਦਾ ਤਾਂ ਪਾਣੀ ਦਾ ਤੁਸੀਂ ਯਾਦ ਰੱਖਿਓ ਜਿਸ ਵਿੱਚ ਕੋਲ ਦੀ ਥੋੜੀ ਮਾਤਰਾ ਵਿੱਚ ਖਣਿਜ ਲੂਣ ਆਇਨ ਪੋਸ਼ਕ ਤੱਤ ਤੇ ਪ੍ਰੋਟੀਨ ਹੁੰਦੇ ਨੇ ਦੇਖੋ ਪਲਾਜ਼ਮਾ ਵਿੱਚ ਥੋੜੀ ਥੋੜੀ ਮਾਤਰਾ ਵਿੱਚ ਇਹ ਸਾਰੇ ਤੱਤ ਵੀ ਹੁੰਦੇ ਨੇ ਠੀਕ ਹੈ ਤੇ ਇਸ ਤੋਂ ਇਲਾਵਾ ਸਭ ਤੋਂ ਖੂਨ ਵਿੱਚ ਲਾਲ ਰક્ત ਇੱਥੇ ਕੀ ਗੱਲ ਸਿੱਖਣ ਨੂੰ ਮਿਲਦੀ ਆਪਾਂ ਨੂੰ ਖੂਨ ਵਿੱਚ ਕੀ ਕੁਝ ਹੁੰਦਾ ਪਲਾਜ਼ਮਾ ਆਪਾਂ ਡਿਸਕਸ ਕਰ ਲਿਆ ਉਸ ਤੋਂ ਇਲਾਵਾ ਖੂਨ ਵਿੱਚ ਕੀ ਹੁੰਦਾ ਲਾਲ ਰક્ત ਸੈੱਲ ਹੁੰਦੇ ਨੇ ਠੀਕ ਹੈ ਲਿਊਕੋਸਾਈਟਸ ਹੁੰਦਾ ਤੇ ਪਲੇਟलेट्स ਹੁੰਦੇ ਨੇ ਤੇ ਇਸ ਤੋਂ ਇਲਾਵਾ ਪਲਾਜ਼ਮਾ ਦੇ ਅੰਦਰ ਜਿਸ ਦੇ ਅੰਦਰ ਪਲਾਜ਼ਮਾ ਹੁੰਦਾ ਠੀਕ ਹੈ ਇਹ ਚਾਰ ਚੀਜ਼ਾਂ ਹੁੰਦੀ ਨੇ ਖੂਨ ਵਿੱਚ ਠੀਕ ਹੈ ਇਹ ਗੱਲ ਸਮਝ ਆ ਗਈ ਤਾਂ ਵੀਡੀਓ ਵਿੱਚ এসে ਲਿਖ ਕੇ ਕਮੈਂਟ ਕਰ ਦਿਓ ਤੇ ਇੱਕ ਗੱਲ ਹੋਰ ਦੋਸਤੋ ਇਹ ਜਿਹੜਾ ਪਹਿਲਾ ਪਾਰਟ ਆ ਮਤਲਬ ਪਹਿਲੀ ਕਲਾਸ ਹੈ ਜੇ ਤੁਹਾਨੂੰ ਇਹ ਵੀਡੀਓ ਪਸੰਦ ਆਉਂਦੀ ਹੈ ਤੇ ਇਸ ਤੇ 25 25 ਕਮੈਂਟ ਜੇ ਤੁਸੀਂ ਕਰ ਦਿਨੇ ਹੋ ਤੇ 50 ਲਾਈਕ ਕਰ ਦਿਨੇ ਹੋ ਠੀਕ ਹੈ ਤਾਂ ਇਸ ਦਮ ਆ ਨੈਕਸਟ ਪਾਰਟ ਜਲਦੀ ਤੋਂ ਜਲਦੀ ਪ੍ਰੋਵਾਈਡ ਕਰਵਾ ਦੇਵਾਂਗਾ ਠੀਕ ਹੈ ਹੁਣ ਤੁਹਾਡੇ ਤੇ ਡਿਪੈਂਡ ਹੈ ਜੇ ਤੁਸੀਂ ਕਲਾਸ ਇਸ ਤਰ੍ਹਾਂ ਦੀ ਲੈਣਾ ਚਾਹੁੰਦੇ ਹੋ ਤਾਂ ਜਲਦੀ ਨਾਲ ਲਾਈਕ ਤੇ 25 ਕਮੈਂਟ ਤਾਂ ਜ਼ਰੂਰ ਕਰ ਦਿਓ ਓਕੇ ਅਗਵਤ ਕੁਐਸਚਨ ਨੰਬਰ 2 ਦੀ ਗੱਲ ਕਰੀਏ ਮੋਨੋਕਾਰਪਿਕ ਪੌਦੇ ਕੇਵਲ ਡੈਸ਼ ਹੀ ਫੁੱਲ ਪੈਦਾ ਕਰਦੇ ਨੇ ਤਾਂ ਜ਼ਿੰਦਗੀ ਵਿੱਚ ਇਹ ਸਿਰਫ ਇੱਕ ਵਾਰ ਫੁੱਲ ਪੈਦਾ ਕਰਦੇ ਨੇ ਤੇ ਮੋਨੋਕਾਰਪਿਕ ਪੌਦੇ ਜੀਵਨ ਕਾਲ ਵਿੱਚ ਕੇਵਲ ਇੱਕ ਵਾਰ ਹੀ ਫੁੱਲ ਪੈਦਾ ਕਰਦੇ ਨੇ ਤੇ ਇਹ ਉਹ ਪੌਦੇ ਹੁੰਦੇ ਨੇ ਜੋ ਫੁੱਲਦੇ ਨੇ ਇਸ ਤੋਂ ਇਲਾਵਾ ਬੀਜ ਦੇ ਸੈੱਟ ਕਰਦੇ ਨੇ ਅਤੇ ਫਿਰ ਖਤਮ ਹੋ ਜਾਂਦੇ ਨੇ ਮਰ ਜਾਂਦੇ ਨੇ ਇਹ ਇੱਕ ਚੰਗੀ ਉਦਾਹਰਣ ਹੈ ਐਗਜ਼ਾਮ ਵਿੱਚ ਕਈ ਵਾਰ ਮੋਨੋਕਾਰਪਿਕ ਪੌਦਿਆਂ ਦੀ ਉਦਾਹਰਣ ਪੁੱਛ ਲਈ ਜਾਂਦਾ ਹੈ ਤਾਂ ਇਹ ਚੀਜ਼ ਤੁਸੀਂ ਲਿਖ ਸਕਦੇ ਹੋ ਇਸ ਵਾਰ ਕੁਐਸਚਨ ਨੰਬਰ 3 ਦੀ ਗੱਲ ਕਰੀਏ ਜਿਹੜੇ ਪੌਦੇ ਨਮਕ ਸੌਰੀ ਜਿਹੜੇ ਪੌਦੇ ਨਮਕ ਦੀ ਜ਼ਿਆਦਾ ਮਾਤਰਾ ਵਾਲੀ ਜ਼ਮੀਨ ਵਿੱਚ ਉੱਗਣ ਲਈ ਅਨੁਕੂਲ ਹੁੰਦੇ ਨੇ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਮਤਲਬ ਜਿਹੜੇ ਪੌਦੇ ਜੇ ਖਾਰੀ ਜ਼ਮੀਨ ਹੈ ਜਿੱਥੇ ਠੀਕ ਹੈ ਉੱਥੇ ਉੱਗਣ ਦੇ ਸਮਰਥ ਹੁੰਦੇ ਨੇ ਉਹਨਾਂ ਨੂੰ ਕੀ ਕਹਿੰਦੇ ਨੇ ਹੈਲੋਫਾਈਟਸ ਕਿਹਾ ਜਾਂਦਾ ਹੈ ਠੀਕ ਹੈ ਹੈਲੋਫਾਈਟਸ ਕਿਹਾ ਜਾਂਦਾ ਹੈ ਇਹਨਾਂ ਪੌਦਿਆਂ ਨੂੰ ਤੇ ਥੋੜੀ ਜਿਹੀ ਥਿਊਰੀ ਡਿਸਕਸ ਕਰੀਏ ਹੈਲੋਫਾਈਟਸ ਦੇ ਬਾਰੇ ਇਹ ਨਮਕ ਹੈਨਸੀਲ ਪੌਦਾ ਮਤਲਬ ਕਿ ਨਮਕ ਵਾਲੀ ਜਗ੍ਹਾ ਤੇ इजीली ਵੱਧਦਾ ਫੁੱਲਦਾ ਹੈ ਜੋ ਕਿ ਮਿੱਟੀ ਵਿੱਚ ਉੱਚ ਖਾਰੇ ਪਾਣ ਵਾਲੇ ਪਾਣੀ ਵਿੱਚ ਵੱਧਦਾ ਠੀਕ ਹੈ ਐਂਡ ਇਸ ਤੋਂ ਇਲਾਵਾ ਇੱਕ ਪੁਆਇੰਟ ਇਹ ਹੈ ਇਸ ਵਿੱਚ ਮੂਮਾਟੋ ਫੋਰਸ ਨਮਕ ਖਣਿਜ ਵੀ ਪਾਇਆ ਜਾਂਦਾ ਹੈ ਠੀਕ ਹੈ ਇਹ ਚੀਜ਼ ਤੁਸੀਂ ਯਾਦ ਰੱਖੋ ਐਗਜ਼ਾਮ ਵਿੱਚ ਇਹ ਪੁੱਛੀ ਜਾ ਸਕਦੀ ਹੈ ਇਸ ਤਰ੍ਹਾਂ ਦਾ ਕੁਐਸਚਨ ਨੰਬਰ 4 ਦੀ ਗੱਲ ਕਰੀਏ ਇਹਨਾਂ ਵਿੱਚੋਂ ਕਿਹੜਾ ਚੱਕਰ ਵਿੱਚ ਕੀੜੇ ਮਕੌੜੇ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਨੇ ਤਾਂ niche ਇਹ ਆਪਾਂ ਨੂੰ ਇਹਨਾਂ ਵਿੱਚੋਂ ਤਿੰਨਾਂ ਵਿੱਚੋਂ ਕਾਰਬਨ ਸਾਈਕਲ ਨਾਈਟ੍ਰੋਜਨ ਚੱਕਰ ਜਾਂ ਭੋਜਨ ਚੱਕਰ ਠੀਕ ਹੈ ਇਸ ਦਾ ਰਾਈਟ ਆਨਸਰ ਜਿਹੜਾ ਹੋਵੇਗਾ ਆਲ ਜਿਹੜੀ ਵੀ ਇਹ ਹਿੰਟ ਦਿੱਤੀ ਨੇ ਇਹ ਤਿੰਨੇ ਹਿੰਟਾਂ ਵਿੱਚੋਂ ਕੀ ਕੀੜੇ ਮਕੋੜੇ ਆਪਣਾ ਇੱਕ ਸਾਈਕਲ ਚਲਾਉਂਦੇ ਨੇ ਮਤਲਬ ਕਿ ਇੱਕ ਚੱਕਰ ਬਣਾਉਂਦੇ ਨੇ ਤੇ ਇਸ ਦੀ ਥੋੜੀ ਜਿਹੀ ਥਿਊਰੀ ਡਿਸਕਰ ਲਈ ਥੋੜੀ ਜਿਹੀ ਥੋੜੀ ਜਿਆਦਾ ਬਟ ਕਾਫੀ ਇੰਪੋਰਟੈਂਟ ਥਿਊਰੀ ਆ ਠੀਕ ਹੈ ਇਸ ਸਵਾਲ ਵਿੱਚ ਸਿਰਫ ਇੱਕ ਕੀੜੇ ਇੱਕ ਕੀੜੇ ਕਾਕਰਸ ਦੀ ਦੁਆਰਾ ਨਾਲ ਆਪਾਂ ਜਾਇਜ਼ ਠਹਿਰਾਇਆ ਜਾ ਸਕਦਾ ਹੈ ਫਲਾਂ ਕੀ ਕੀੜੇ ਮਕੋੜੇ ਦੀਆਂ ਲੱਖਾਂ ਕਿਸਮਾਂ ਨਾਜ਼ੁਕ ਵਾਤਾਵਰਣ ਪ੍ਰਣਾਲੀ ਨੂੰ ਬਣਾਈ ਰੱਖਣ ਵਿੱਚ ਮਦਦ ਕਰਦੀਆਂ ਨੇ ਠੀਕ ਹੈ ਤੇ ਜ਼ਿਆਦਾਤਰ ਕਾਕਰਚ ਸੜੇ ਹੋਏ ਜੈਵਿਕ ਪਦਾਰਥ ਨੂੰ ਖਾਂਦੇ ਨੇ ਠੀਕ ਹੈ ਜੋ ਬਹੁਤ ਸਾਰੀ ਨਾਈਟ੍ਰੋਜਨ ਨੂੰ ਫਸਾਉਂਦੇ ਨੇ ਮਤਲਬ ਪਚਾਉਂਦੇ ਨੇ ਸੌਰੀ ਇੱਥੇ ਸਪੈਲਿੰਗ ਗਲਤ ਹੋਊਗੀ ਕਿ ਜਿਹੜੇ ਕਾਕਰਚ ਹੁੰਦੇ ਨੇ ਉਹ ਜੈਵਿਕ ਪਦਾਰਥ ਖਾਂਦੇ ਨੇ ਜੋ ਕਿ ਨਾਈਟ੍ਰੋਜਨ ਨੂੰ ਪਚਾਉਂਦੇ ਨੇ ਠੀਕ ਹੈ ਕਾਕਰਚ ਦੇ ਭੋਜਨ ਦਾ ਉਸ ਨਾਈਟ੍ਰੋਜਨ ਇਹ ਜਦੋਂ ਹੋਪੋਦਨ ਖਾਂਦੇ ਨੇ ਕੋਕਸ ਠੀਕ ਹੈ ਤਾਂ ਉਹ ਜਿਹੜਾ ਬਾਹਰ ਕੱਢਦੇ ਨੇ ਉਹ ਨਾਈਟ੍ਰੋਜਨ ਇੱਕ ਤਰ੍ਹਾਂ ਦੇ ਹੁੰਦੀ ਹੈ ਮਲ ਦੇ ਰੂਪ ਵਿੱਚ ਜਿਹੜਾ ਬਾਹਰ ਕੱਢਦੇ ਨੇ ਉਹ ਨਾਈਟ੍ਰੋਜਨ ਹੁੰਦੀ ਹੈ ਤੇ ਇਸ ਨੂੰ ਛੱਡਣ ਦਾ ਪ੍ਰਭਾਵ ਹੁੰਦਾ ਠੀਕ ਹੈ ਇਹ ਗੱਲ ਐਨੀ ਕਲੀਅਰ ਹੈ ਕੌਕਰਾਚ ਕੀ ਜੈਵਿਕ ਪਦਾਰਥ ਖਾਂਦੇ ਨੇ ਤੇ ਜਦੋਂ ਉਹ ਪਚਾ ਲੈਂਦੇ ਨੇ ਤਾਂ ਟਾਇਲਟ ਦੇ ਰੂਪ ਵਿੱਚ ਜਾਂ ਮਲ ਦੇ ਰੂਪ ਵਿੱਚ ਕਹਿ ਲਈ ਆਪਾਂ ਕੀ ਨਾਈਟ੍ਰੋਜਨ ਬਾਹਰ ਕੱਢਦੇ ਨੇ ਫਿਰ ਇਹ ਮਿੱਟੀ ਵਿੱਚ ਮਿਲ ਜਾਂਦੀ ਹੈ ਜਿਹੜੀ ਮਲ ਹੁੰਦੀ ਹੈ ਨਾਈਟ੍ਰੋਜਨ ਦੀ ਉਹ ਮਿੱਟੀ ਵਿੱਚ ਮਿਲ ਜਾਂਦੀ ਹੈ ਤੇ ਪੌਦਿਆਂ ਦੁਆਰਾ ਵਰਤੀ ਜਾਂਦੀ ਹੈ ਠੀਕ ਹੈ ਖਾਦ ਦੇ ਰੂਪ ਵਿੱਚ ਪੌਦਿਆਂ ਤਰਤੀਦیاں 5000 ਤੋਂ ਲੈ ਕੇ 10000 ਕੌਕਰਚ ਪ੍ਰਜਾਤੀਆਂ ਵੀ ਬਹੁਤ ਸਾਰੇ ਪੰਛੀਆਂ ਅਤੇ ਛੋਟੇ ਤਣ ਤਰੀ ਜਾਨਵਰਾਂ ਜਿਵੇਂ ਚੂਹੇ ਚੂਹਿਆਂ ਲਈ ਭੋਜਨ ਦਾ ਇੱਕ ਮਹੱਤਵਪੂਰਨ ਸਰੋਤ ਨੇ ਠੀਕ ਹੈ ਇਸ ਤਰ੍ਹਾਂ ਭੋਜਨ ਚੱਕਰ ਇੱਕ ਮਹੱਤਵਪੂਰਨ ਹਿੱਸਾ ਦੇਖ ਲਓ ਹੁਣ ਕੀ ਕੌਕਰਚ ਹੈ ਕੌਕਰਚ ਨੇ ਪਹਿਲਾਂ ਕੀ ਹੈ ਜਿਹੜੇ ਜੈਵਿਕ ਪਦਾਰਥ ਖਾ ਲਏ ਠੀਕ ਹੈ ਫਿਰ ਮਲ ਕੱਢਦਾ ਠੀਕ ਹੈ ਉਸ ਤੋਂ ਬਾਅਦ ਉਹ ਨਾਈਟ੍ਰੋਜਨ ਵਿੱਚ ਬਦਲ ਗਿਆ ਉਹ ਤੇ ਨਾਈਟ੍ਰੋਜਨ ਕੀ ਹੋਇਆ ਉਹ ਮਿੱਟੀ ਵਿੱਚ ਮਿਲ ਗਿਆ ਠੀਕ ਹੈ ਮਿੱਟੀ ਵਿੱਚ ਮਿਲਣ ਤੋਂ ਬਾਅਦ ਮਿੱਟੀ ਮਿੱਟੀ ਦੇ ਜਿਹੜੇ ਪੋਸ਼ਕ ਤੱਤ ਸੀ ਨਾਈਟ੍ਰੋਜਨ ਵਗੈਰਾ ਇਹ ਪੌਦਿਆਂ ਨੇ ਲੈ ਲੇ ਹੁਣ ਪੌਦੇ ਪੌਦਿਆਂ ਤੋਂ ਆਪਾਂ ਵੀ ਫਲ ਖਾ ਲੈਨੇ ਆ ਹੈਨਾ ਫਲ ਫਰੂਟ ਸਬਜ਼ੀਆਂ ਖਾ ਲੈਨੇ ਆ ਤੇ ਜਾਨਵਰ ਵੀ ਖਾ ਲੈਂਦੇ ਨੇ ਪੰਛੀ ਵੀ ਇਸ ਤਰ੍ਹਾਂ ਦੀ ਹੀ ਇੱਕ ਸਾਈਕਲ ਬਣ ਗਈ ਇਸ ਨੂੰ ਸਾਈਕਲ ਕਿਹਾ ਜਾਂਦਾ ਦੋਸਤੋ ਫੂਡ ਚੇਨ ਕਹਿ ਦਿੰਨੇ ਆਪਾਂ ਇਸ ਨੂੰ ਕਾਰਬਨ ਸਾਈਕਲ ਵੀ ਕਹਿ ਲੀਨਾ ਤੇ ਨਾਈਟ੍ਰੋਜਨ ਵੀ ਕਹਿ ਸਕਦੇ ਆ ਠੀਕ ਹੈ ਇਹ ਗੱਲ ਸਮਝ ਚ ਆ ਗਈ ਤਾਂ ਵੀਡੀਓ ਵਿੱਚ yes ਲਿਖ ਕੇ ਕਮੈਂਟ ਜ਼ਰੂਰ ਕਰ ਦੇ ਸੋਬਤ ਕੁਐਸਚਨ ਨੰਬਰ 5 ਦੀ ਗੱਲ ਕਰੀਏ ਪੌਦੇ ਦੇ ਸੈੱਲ ਅਤੇ ਜੰਤੂ ਦੇ ਸੈੱਲ ਵਿੱਚ ਹੇਠ ਲਿਖਿਆਂ ਵਿੱਚੋਂ ਅੰਤਰ ਤੇ ਵਿਚਾਰ ਕਰੋ ਪਹਿਲਾ ਆਪਸ਼ਨ ਕੀ ਐਥੇ ਹਾਲਾਂਕਿ ਪਲਾਸਟਿਡ ਆਮ ਤੌਰ ਤੇ ਪੌਦਿਆਂ ਦੇ ਸੈੱਲ ਵਿੱਚ ਮੌਜੂਦ ਹੁੰਦੇ ਨੇ ਪਰ ਉਹ ਜਾਨਵਰਾਂ ਦੇ ਸੈੱਲ ਵਿੱਚ ਗੈਰ ਹਾਜ਼ਰ ਹੁੰਦੇ ਨੇ ਠੀਕ ਹੈ ਤੇ ਇਸ ਤੋਂ ਬਾਅਦ ਪੁਆਇੰਟ ਨੰਬਰ 2 2 ਕੀ ਕਹਿੰਦਾ ਹਾਲਾਂਕਿ ਲਾਈਸੋਸੋਮ ਪੌਦਿਆਂ ਦੇ ਸੈੱਲ ਵਿੱਚ ਦੁਰਲਭ ਹੁੰਦੇ ਨੇ ਪਰ ਇਹ ਲਗਭਗ ਸਾਰੇ ਜਾਨਵਰਾਂ ਦੇ ਸੈੱਲ ਵਿੱਚ ਪਾਏ ਹੁੰਦੇ ਨੇ ਦੇਖੋ ਦੋਨੋਂ ਕਥਨ ਆ ਜਿਹੜੇ ਇਹ ਦੋਏ ਕਥਨ ਨੇ ਜਿੱਥੇ ਹਾਲਾਂਕਿ ਲਿਖਿਆ ਹੈ ਨਾ ਇਹ ਇਸ ਦਾ ਰਾਈਟ ਦੋਨੋਂ ਹੀ ਰਾਈਟ ਨੇ ਤਾਂ ਇਸ ਦਾ ਆਨਸਰ ਹੋਵੇਗਾ ਬੋਥ ਠੀਕ ਹੈ ਬੋਥ ਮੈਨੇ ਦੋਵੇਂ ਤੇ ਹੁਣ ਥੋੜਾ ਜਿਹਾ ਡਿਸਕਸ ਕਰੀਏ ਤਾਂ ਲਾਈਸੋਸੋਮ ਹੁੰਦਾ ਜਿਹੜਾ ਇੱਕ ਛਿੱਲੀ ਨਾਲ ਵੱੱਜੀਆਂ ਆਰਗਨੈਲ ਹੁੰਦਾ ਠੀਕ ਹੈ ਆਰਗਨੈਲ ਹੁੰਦਾ ਜੋ ਲਗਭਗ ਸਾਰੇ ਜਾਨਵਰਾਂ ਦੇ ਸੈੱਲ ਵਿੱਚ ਪਾਇਆ ਜਾਂਦਾ ਲਾਈਸੋਸੋਮ ਯਾਦ ਰੱਖਿਓ ਸਾਰੇ ਜਾਨਵਰਾਂ ਦੇ ਸੈੱਲ ਦੇ ਅੰਦਰ ਹੁੰਦਾ ਠੀਕ ਹੈ ਤੇ ਉਹ ਗੋਲਾਕਾਰ ਵੈਸਿਕਲ ਹੁੰਦੇ ਨੇ एग्जाम ਵਿੱਚ ਇਹ ਪੁਆਇੰਟ ਕਾਫੀ ਬਾਰ ਪੁੱਛਿਆ ਗਿਆ ਹੈ ਜਿਹੜੇ ਲਾਈਸੋਜ਼ੋਮਾ ਉਹਨਾਂ ਦਾ ਕਾਰਜ ਕਿਸ ਤਰ੍ਹਾਂ ਦਾ ਹੁੰਦਾ ਤਾਂ ਗੋਲਾਕਾਰ ਵੈਸਿਕਲ ਇਹ ਹੀ ਯਾਦ ਰੱਖਿਓ ਤੁਸੀਂ ਠੀਕ ਹੈ ਜਿਨ੍ਹਾਂ ਵਿੱਚ ਹਾਈਡਰੋਲਾਈਟਿਕ ਐਨਜ਼ਾਈਮ ਹੁੰਦੇ ਨੇ ਇਹ ਪੁਆਇੰਟ ਨੂੰ ਤੁਸੀਂ ਯਾਦ ਰੱਖੋ एग्जाम ਵਿੱਚ ਕੁਐਸਚਨ ਪੁੱਟ ਹੋ ਸਕਦਾ ਹੈ ਕਿ ਲਾਈਸੋਜ਼ੋਮ ਵਿੱਚ ਕਿਹੜੇ ਐਨਜ਼ਾਈਮ ਮੌਜੂਦ ਹੁੰਦੇ ਨੇ ਤਾਂ ਹਾਈਡਰੋਲਾਈਟਿਕ ਐਂਜ਼ਾਈਮ ਜਿਹੜੇ ਇਹ ਮੌਜੂਦ ਹੁੰਦੇ ਨੇ ਇਸ ਤੋਂ ਇਲਾਵਾ ਜੋ ਲਗਭਗ ਹਰ ਕਿਸਮ ਦੇ ਜੈਵਿਕ ਆਣੂਆਂ ਨੂੰ ਤੋੜਨ ਦਾ ਕੰਮ ਕਰਦਾ ਠੀਕ ਹੈ ਇਹ ਸਿੰਪਲ ਗੱਲ ਹੋ ਗਈ ਪੋਲੀਮਰ ਦੇ ਪਤਨ ਤੋਂ ਇਲਾਵਾ ਲਾਈਸੋਜ਼ੋਮ ਬਖਵਕ ਸੈੱਲ ਪ੍ਰਕਿਰਿਆਵਾਂ ਵਿੱਚ ਸ਼ਾਮਿਲ ਹੁੰਦਾ ਠੀਕ ਹੈ ਜਿਸ ਵਿੱਚ ਰਿਆਸ ਪਲਾਜ਼ਮਾ ਝਿੱਲੀ ਦੀ ਮਰਮਤ ਤੇ ਸੈੱਲ ਸਿਗਨਲ ਅਤੇ ਊਰਜਾ ਮੈਟਾਬੋਲਿਜ਼ਮ ਸ਼ਾਮਿਲ ਹੁੰਦੇ ਨੇ ਠੀਕ ਹੈ ਸ਼ਾਮਿਲ ਹੁੰਦੇ ਨੇ ਮੰਨਿਆ ਜਾਂਦਾ ਹੈ ਕਿ ਪਲਾਸਟਿਡਸ ਅੰਤ ਦੇਸ ਹੈ ਜੀਵ ਜੈਵੀ ਸੈਲ ਸਾਈਨ ਬੈਕਟੀਰੀਆ ਤੋਂ ਪੈਦਾ ਹੁੰਦੇ ਨੇ ਠੀਕ ਹੈ ਉਹ ਰੰਗ ਲਈ ਜ਼ਿੰਮੇਦਾਰ ਹੁੰਦੇ ਨੇ ਓਕੇ ਇਹ ਸਿੰਪਲ ਥਿਉਰੀ ਆ ਬਾਕੀ ਧਿਆਨ ਨਾਲ ਥੋੜਾ ਜਿਹਾ ਸਕਰੀਨਸ਼ਾਟ ਲੈ ਕੇ ਪੜ੍ਹ ਲਿਓ ਥੋੜਾ ਜਿਹਾ ਨਾ ਮੇਰੀ ਤबीयत ਠੀਕ ਨਾ ਹੋਣ ਕਰਕੇ ਨਾ ਆਵਾਜ਼ ਥੋੜੀ ਜਿਹੀ ਪ੍ਰੋਬਲਮ ਹੈ ਗੱਲ ਬੈਠਾ ਪਿਆ ਤਾਂ ਕਰਕੇ ਬਸ ਖੁਦ ਵੀ ਥੋੜਾ ਜਿਹਾ ਸਮਝਣ ਦੀ ਕੋਸ਼ਿਸ਼ ਕਰਿਆ ਕਰੋ ਓਕੇ ਇਸ ਤੋਂ ਬਾਅਦ ਕੁਐਸਚਨ ਨੰਬਰ 6 ਦੀ ਗੱਲ ਕਰੀਏ ਇੰਨਾ ਵਿੱਚੋਂ ਕਿਹੜਾ ਕਲਾਸਿਕਲ ਭੌਤਿਕ ਵਿਗਿਆਨ ਦਾ ਹਿੱਸਾ ਹਨ ਤਾਂ ਦੋਨੇ ਹੀ ਹਿੱਸਾ ਹੈ ਆਪਟਿਕਸ ਤੇ ਥਰਮੋਡਾਇਨਾਮਿਕਸ ਠੀਕ ਹੈ ਇਹ ਦੋਨੋਂ ਹੀ ਹਿੱਸਾ ਹੈ ਖਾਦਾ ਕਲਾਸਿਕਲ ਪੁੱਤਕ ਵਿਗਿਆਨ ਦਾ ਠੀਕ ਹੈ ਕਲਾਸਿਕਲ ਪੁੱਤਕ ਵਿਗਿਆਨ ਵਿੱਚ ਧਰਤੀ ਦੇ ਖੋਗਲੀ ਪੈਮਾਨੇ ਤੇ ਸੀਮਿਤ ਅਕਾਰ ਵਾਲੀਆਂ ਵਸਤੂਆਂ ਨਾਲ ਜੁੜੇ ਵਰਤਾਰੇ ਦਾ ਅਧਿਐਨ ਕੀਤਾ ਜਾਂਦਾ ਠੀਕ ਹੈ ਹੁਣ ਇਗਜ਼ਾਮ ਵਿੱਚ ਕੁਐਸਚਨ ਪੁੱਛਿਆ ਜਾ ਸਕਦਾ ਹੈ ਕਿ ਕਲਾਸਿਕਲ ਪੁੱਤਕ ਵਿਗਿਆਨ ਵਿੱਚ ਕਿਸ ਦਾ ਅਧਿਐਨ ਹੁੰਦਾ ਹੈ ਧਰਤੀ ਅਤੇ ਖੋਗਲੀ ਪੈਮਾਨੇ ਦੀਆਂ ਆਪਾਂ ਇਜ਼ੀਲੀ ਯਾਦ ਰੱਖਿਏ ਦਾ ਸਿਰਫ ਧਰਤੀ ਨਾਲ ਜੁੜੀਆਂ ਚੀਜ਼ਾਂ ਦਾ ਵਿਸ਼ਾ ਹੁੰਦਾ ਠੀਕ ਹੈ ਇਸ ਵਿੱਚ ਆਪਟਿਕਸ ਥਰਮੋਡਾਇਨਾਮਿਕਸ ਤੇ ਮੈਕਨਿਕਸ ਤੇ ਇਲੈਕਟ੍ਰੋ ਡਾਇਨਾਮਿਕਸ ਵਰਗੇ ਵਿਸ਼ੇ ਸ਼ਾਮਿਲ ਨੇ ਠੀਕ ਹੈ ਦੋ ਤੋਂ ਇਲਾਵਾ ਇਹ ਚਾਰ ਵਿਸ਼ੇ ਨੇ ਚਾਰਾਂ ਦੇ ਨਾਮ ਤੁਸੀਂ ਯਾਦ ਰੱਖਣੇ ਨੇ ਕਿ ਕਲਾਸਿਕਲ ਪੁੱਤ ਦੇ ਵਿਗਿਆਨ ਵਿੱਚ ਕੀ ਹੁੰਦਾ ਠੀਕ ਹੈ ਇਹ ਚੀਜ਼ ਵੀ ਯਾਦ ਰੱਖ ਲਓ ਇਸ ਤੋਂ ਬਾਅਦ ਕੁਐਸਚਨ ਨੰਬਰ 7 ਦੀ ਗੱਲ ਕਰੀਏ ਨਿਯਮਿਤ ਲਿਖਤੀ ਵਿੱਚੋਂ किसने अनिश्चितता यानी अनसर्टेनिटी ਦਾ ਸਿਧਾਂਤ ਦਿੱਤਾ ਸੀ کافی ਬਾਰ ਇਗਜ਼ਾਮ ਵਿੱਚ ਰਿਪੀਟ ਹੁੰਦਾ ਹੈ ਅਨਸਰਟੇਨਿਟੀ ਬਾਰੇ ਕੁਐਸਚਨ ਇਹ ਤਾਂ ਯਾਦ ਰੱਖਿਓ ਵਾਰਨ ਹੇਸਨਵਰਗ ਜਿਨੇ ਇਹ ਸਿਧਾਂਤ ਦਿੱਤਾ ਸੀ ਠੀਕ ਹੈ ਇਸ ਬਾਰੇ ਥੋੜੀ ਜਿਹੀ ਥਿਊਰੀ ਡਿਸਕਸ ਕਰ ਲਈਏ ਜਰਮਨ ਦੇ ਇੱਕ ਭੌਤਿਕ ਵਿਗਿਆਨੀ ਵਰਨਰ ਹੈਸਨਵਰਗ ਨੇ ਅਨਿਸਿਸ਼ਤਾ ਦੇ ਅਨਿਸ਼ਚਿਤਤਾ ਦੇ ਸਿਧਾਂਤ ਦੀ ਖੋਜ ਕੀਤੀ ਠੀਕ ਹੈ ਜਿਹੜੀ ਅਨਸਰਟੇਨਿਟੀ ਹੈ ਇਹ ਦੇ ਸਿਧਾਂਤ ਅਨੁਸਾਰ ਅਸੀਂ ਕਿਸੇ ਕਣ ਦੀ ਸਥਿਤੀ ਐਕਸ ਅਤੇ ਮੈਮੋਟਮ ਪੀ ਨੂੰ ਪੂਰੀ ਸ਼ੁੱਧਤਾ ਨਾਲ ਨਹੀਂ ਮਾਪ ਸਕਦੇ ਦੇਖੋ ਕਿਸੇ ਵੀ ਚੀਜ਼ ਨੂੰ ਪੂਰੀ ਸ਼ੁੱਧਤਾ ਨਾਲ ਨਹੀਂ ਮਾਪਿਆ ਜਾ ਸਕਦਾ ਇਹ ਸਿਧਾਂਤ ਵਿੱਚ ਕਿਹਾ ਸੀ ਠੀਕ ਹੈ ਇੰਨਾ ਵਿੱਚ ਕਿਸੇ ਇੱਕ ਮੋਲ ਨੂੰ ਅਸੀਂ ਇੰਨੀ ਜ਼ਿਆਦਾ ਸਟੀਕਤਾ ਨਾਲ ਜਾਣਦੇ ਹਾਂ ਠੀਕ ਹੈ ਅਸੀਂ ਦੂਜੇ ਨੂੰ ਓਨੀ ਹੀ ਜ਼ਿਆਦਾ ਸਟੀਕਤਾ ਨਾਲ ਜਾਣਦੇ ਹਾਂ ਠੀਕ ਹੈ ਸਿੰਪਲ ਜੀ ਗੱਲ ਹੋ ਗਈ ਤਾਂ ਇਹ ਉਪ ਪਰਮਾਣੂ ਵਸਤੂਆਂ ਦੇ ਗੁਣਾਂ ਤੇ ਤਰੰਗ ਕਣ ਦੇਵਤ ਦੇ ਪ੍ਰਭਾਵ ਨੂੰ ਦਰਸਾਉਂਦੀ ਹੈ ਠੀਕ ਹੈ ਬਸ ਥਿਊਰੀ ਵਿੱਚ ਕੋਈ ਖਾਸ ਗੱਲ ਤਾਂ ਨਹੀਂ ਲਿਖੀ ਬਟ ਫਿਰ ਵੀ ਚਲੋ ਥੋੜਾ ਜਿਹਾ ਐਡ ਕਰਨ ਵਾਸਤੇ ਮਤਲਬ ਕਿ ਮਾਈਂਡ ਵਿੱਚ ਐਡ ਕਰਨ ਵਾਸਤੇ ਥਿਊਰੀ ਐਡ ਕਰ ਲਿਆ ਇਸ ਵੀਡੀਓ ਵਿੱਚ ਓਕੇ ਇਸ ਤੋਂ ਬਾਅਦ ਕੁਐਸਚਨ ਨੰਬਰ 8 ਦੀ ਗੱਲ ਕਰੀਏ ਜ਼ੀਰੋ ਫਾਈਟਸ ਸਹਿ ਸਕਦੇ ਨੇ ਕੀ ਸਹਿ ਸਕਦੇ ਨੇ ਸੋਕੇ ਦੀ ਹਾਲਤ ਵਿੱਚ ਜਿਹੜੇ ਜ਼ੀਰੋ ਫਾਈਟਸ ਪੋਦੇ ਹੁੰਦੇ ਨੇ ਉਹ ਸੋਕੇ ਦੀ ਹਾਲਤ ਨੂੰ ਵੀ ਸਹਿ ਸਕਦੇ ਨੇ ਪਰ ਥੋੜੀ ਥਿਊਰੀ ਗੱਲ ਕਰੀਏ ਜ਼ੀਰੋ ਫਾਈਟਸ ਸੋਕੇ ਦੀਆਂ ਸਥਿਤੀਆਂ ਨੂੰ ਸਹਣ ਕਰ ਸਕਦੇ ਨੇ ਤੇ ਉਨ੍ਹਾਂ ਦੇ ਵਿਰੁੱਧ ਖੜੇ ਹੋ ਸਕਦੇ ਹਨ ਠੀਕ ਹੈ ਉਹ ਬਹੁਤ ਘੱਟ ਤਰਲ ਪਾਣੀ ਵਾਲੇ ਵਾਤਾਵਰਣ ਵਿੱਚ ਜਿਉਂਦੇ ਰਹਿਣ ਯੋਗ ਹੁੰਦੇ ਨੇ ਜਿਵੇਂ ਕਿ ਮਾਰਕਥਲ ਜਾਂ ਐਲਪਸ ਆਰਕਟਿਕ ਦਿੱਤ ਬਰਫ਼ ਨਾਲ ਢਕਿਆ ਖੇਤਰ ਠੀਕ ਹੈ ਸਿੰਪਲ ਜਿਹੇ ਜ਼ੀਰੋਫਾਈਟਸ ਦੇ ਮਤਲਬ ਕੀ ਇਸ ਵਿੱਚ ਕੁਆਲਿਟੀ ਹੁੰਦੀ ਹੈ ਸੁੱਕੇ ਦੇ ਹਾਲਤ yani ਘੱਟ ਪਾਣੀ ਦੇ ਘੱਟ ਪਾਣੀ ਵਾਲੀ ਜਗ੍ਹਾ ਤੇ ਵੀ ਇਹ ਪੌਦੇ ਪਰਫੁੱਲਿਤ ਹੋ ਸਕਦੇ ਨੇ ਇਸ ਤੋਂ ਬਾਅਦ ਕੁਐਸਚਨ ਨੰਬਰ 9 ਦੀ ਗੱਲ ਕਰੀਏ ਜੇ ਇੱਕ ਮੋਮਬਤੀ ਜ਼ੀਰੋ ਗ੍ਰੈਵਿਟੀ ਵਿੱਚ ਸੜਨ ਨਾਲ ਕਹਿਣ ਦਾ ਮਤਲਬ ਕੀ ਹੈ ਮੋਮਬਤੀ ਨੂੰ ਜੀਰੋ ਗ੍ਰੈਵਿਟੀ ਵਿੱਚ ਅਗ ਲਾਈ ਜਾਵੇ ਤਾਂ ਮੋਮਬਤੀ ਦੀ ਲਾਟ ਗੋਲ ਹੋ ਜਾਵੇਗੀ ਠੀਕ ਹੈ ਇਸ ਦੀ ਥਿਊਰੀ ਤੁਸੀਂ ਇੱਕ ਵਾਰੀ ਸਕਰੀਨਸ਼ਾਟ ਲੈ ਕੇ ਧਿਆਨ ਨਾਲ ਪੜ੍ਹ ਲਿਓ ਤਾਂ ਆਪਾਂ ਡਿਸਕਸ ਨਹੀਂ ਕਰਦੇ ਕਿਉਂਕਿ ਆਲਰੇਡੀ ਵੀਡੀਓ ਕਾਫੀ ਲੰਬੀ ਹੋ ਚੁੱਕੀ ਹੈ ਇਸ ਤੋਂ ਬਾਅਦ ਕੁਐਸਚਨ ਨੰਬਰ 10 ਦੀ ਗੱਲ ਕਰੀਏ ਇਹਨਾਂ ਵਿੱਚੋਂ ਕਿਹੜਾ ਤੱਤ ਕਮਰੇ ਦੇ ਤਾਪਮਾਨ ਤੇ ਜਾਂ ਇਸ ਦੇ ਨੇੜੇ ਤੱਲ ਹੁੰਦਾ ਹੈ ਤਾਂ ਚਾਰ ਇੱਥੇ ਜਿਹੜੇ ਤੱਤ ਨਹੀਂ ਇਹਨਾਂ ਦੇ ਨਾਮ ਦਿੱਤੇ ਗਏ ਨੇ ਤੇ ਇਸ ਅਨਸਰ ਕੀ ਹੈ ਚਾਰ ਧਾਤ ਜੋ ਕਮਰੇ ਦੇ ਤਾਪਮਾਨ ਤੇ ਇਸ ਦੇ ਨੇੜੇ ਤਰਲ ਹੋ ਜਾਂਦੇ ਨੇ ਇਹ ਚਾਰ ਹੀ ਧਾਤਾਂ ਨੇ ਜੇ ਕਮਰੇ ਵਿੱਚ ਆਪਾਂ ਨੋਰਮਲ ਟੈਂਪਰੇਚਰ ਤੇ ਇਸ ਨੂੰ ਰੱਖਦੇ ਆ ਤਾਂ ਇਹ ਤਰਲ ਰੂਪ ਵਿੱਚ ਬਦਲ ਜਾਂਦੇ ਨੇ ਕਿਹੜੇ ਸੀਜ਼ੀਅਮ ਮਰਕਰੀ ਗੈਲੀਮ ਤੇ ਫਰੈਂਸ਼ੀਅਮ ਠੀਕ ਹੈ ਪੰਜਾਬੀ ਵਿੱਚ ਵੀ ਇੱਥੇ ਤੁਸੀਂ ਚੈੱਕ ਕਰ ਸਕਦੇ ਹੋ ਓਕੇ ਦੋਸਤੋ ਵੀਡੀਓ ਵਿੱਚ ਕਮੈਂਟ ਕਰਕੇ ਦੱਸ ਦਿਓ ਕਿ ਇਸ ਦਾ ਨੈਕਸਟ ਪਾਰਟ ਤੁਹਾਨੂੰ ਚਾਹੀਦਾ ਹੈ ਜਾਂ ਨਹੀਂ ਤਾਂ ਹੀ ਮੈਂ ਨੈਕਸਟ ਵੀਡੀਓ ਪ੍ਰੋਵਾਈਡ ਕਰਾਵਾਂਗਾ ਜੇ ਇਸ ਤੇ 25 ਕਮੈਂਟ ਤੇ 50 ਲਾਈਕ ਆ ਜਾਂਦੇ ਨੇ ਤਾ ਜਲਦੀ ਤੋਂ ਜਲਦੀ ਮੈਂ ਤੁਹਾਨੂੰ ਇਸ ਦਾ ਨੈਕਸਟ ਪਾਰਟ ਪ੍ਰੋਵਾਈਡ ਕਰਵਾ ਦਿਆਂਗਾ